ਪਲ ਪਲ ਗੁਰੂ ਅਮਰਦਾਸ ਸਾਰੇ ਗੁਰੂ ਕਿਰਪਾ Yeah.
ਤੇ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਆਖਿਆ ਕਿ ਪੁਰਾਤਨ ਸਮੇਂ ਦੇ ਵਿੱਚ ਜਿਹੜੇ ਸਾਡੇ ਗੁਰੀਏ ਹੋਏ, ਜਿਹੜੇ ਸਾਡੇ ਕੀਰਤਨੀ ਹੋਏ, ਜਿਹੜੇ ਸਾਡੇ ਰਾਜੀ ਹੋਏ ਆ, ਜਿਹੜੇ ਜਿਹਨਾਂ ਅਮੀਰ ਵਿਰਾਸਤਾਂ ਨੂੰ ਆਉਂਦੇ ਰਹੇ ਨੇ, ਤੇ ਜਦੋਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੁੰਦਾ ਸੀ ਨਾ, ਤੇ ਮਹਾਰਾਜ ਦੇ ਰੁਮਾਲਾ ਸਾਹਿਬ ਤੇ ਪੀੜਾ ਸਾਹਿਬ ਦੇ ਕੋਲ ਕਹਿੰਦੇ ਕਿੰਨੇ ਕਿੰਨੇ ਘਰਾਂ ਲੰਬੀਆਂ ਪੁਰੜੀਆਂ ਪਈਆਂ ਹੁੰਦੀਆਂ ਸੀ। ਤੇ ਇਹ ਅਸੀਂ ਇੱਕ ਭਾਈ ਨਿਰਮਲ ਸਿੰਘ ਜੀ ਦੀ ਇੰਟਰਵਿਊ ਦੇ ਵਿੱਚ ਵੀ ਸੁਣਿਆ, ਹੁਣ ਸਾਡੇ ਵਿੱਚ ਨਹੀਂ ਰਹੇ ਭਾਈ ਨਿਰਮਲ ਸਿੰਘ ਜੀ ਖਾਲਸਾ, ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਸੀ ਜਿਹਦੇ ਵਿੱਚ ਦੱਸਿਆ ਸੀ ਕਿ ਪਾਕਿਸਤਾਨ ਦੇ ਉਹ ਵੱਡੇ ਵੱਡੇ ਕਲਾਸੀਕਲ ਦੇ ਗੁਰੀਏ ਜਿਹਨਾਂ ਨੂੰ ਅੱਜ ਦੇ ਲੋਕ ਸੁਣ ਸੁਣ ਕੇ ਕਲਾਸੀਕਲ ਕਰਦੇ ਨੇ ਜਾਂ ਸਿੱਖਦੇ ਨੇ, ਉਹ ਸਾਰੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਆਉਂਦੇ ਹੁੰਦੇ ਸੀ, ਸੰਗੀਤ ਦਾ ਸੋਮਾ ਮੰਗਦੇ ਹੁੰਦੇ ਸੀ ਇੱਥੇ ਕਿ ਇੱਥੇ ਜਾ ਕੇ ਅਸੀਂ ਸੁਣਾਂਗੇ ਤੇ ਸਾਨੂੰ ਕੁਛ ਸਿੱਖਣ ਨੂੰ ਜ਼ਰੂਰ। ਸੋ ਇਹੋ ਜਿਹੀਆਂ ਸਾਡੀਆਂ ਅਮੀਰ ਵਿਰਾਸਤਾਂ ਜਿਹੜੀਆਂ ਅੱਜ ਵਿਸਰਦੀਆਂ ਜਾ ਰਹੀਆਂ ਨੇ, ਸਾਡਾ ਸਾਰਿਆਂ ਦਾ ਫਰਜ਼ ਹੈ, ਜਿੱਥੇ ਕੀਰਤਨੀਆਂ ਦਾ ਫਰਜ਼ ਹੈ ਉੱਥੇ ਸੰਗਤ ਦਾ ਵੀ ਫਰਜ਼ ਹੈ ਕਿ ਅਸੀਂ ਵੀ ਇਹਨਾਂ ਚੀਜ਼ਾਂ ਨੂੰ ਸਤਿਕਾਰ ਦੇਈਏ, ਅਸੀਂ ਇਹਨਾਂ ਚੀਜ਼ਾਂ ਨੂੰ ਸੁਣੀਏ। ਬੜੀ ਜਗ੍ਹਾ ਦੇ ਉੱਤੇ ਐਸਾ ਹੋਇਆ ਕਿ ਸਮਝ ਹੀ ਨਹੀਂ ਆਉਂਦੀ ਸੰਗਤ ਨੂੰ ਵੀ, ਕਿਉਂਕਿ ਸੰਗਤ ਵੀ ਇਹਨਾਂ ਚੀਜ਼ਾਂ ਨੂੰ ਭੁੱਲ ਵੀ ਚੁੱਕੀ ਹੈ। ਅੱਜ ਦੇ ਸਮੇਂ ਦੇ ਵਿੱਚ ਸਾਨੂੰ ਸਾਰੀ ਸੰਗਤ ਨੂੰ ਪਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਹੁਕਮ ਹੋਇਆ ਹੈ ਕਿ ਦਰਬਾਰ ਸਾਹਿਬ ਨੂੰ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਹੋਇਆ ਕਰੇਗਾ। ਇਹ ਬਹੁਤ ਵਧੀਆ ਗੱਲ ਹੋਈ ਹੈ, ਕਿਉਂਕਿ ਸਾਡੇ ਜਿਹੜੇ ਉਹ ਸਾਜ਼ ਉਹ ਵੀ ਵਿਸਰ ਗਏ, ਸਾਡੇ ਸਾਰੇ ਸਾਜ਼ ਵਿਸਰ ਗਏ, ਅਸੀਂ ਸਿਰਫ਼ ਹਾਰਮੋਨੀਅਮ ਦੇ ਨਾਲ ਕੀਰਤਨ ਕਰਨ ਲੱਗ ਪਏ ਸਾਰੇ। ਅਤੇ ਦਾਸ ਨੂੰ ਗੱਲ ਯਾਦ ਹੈ, ਇੱਥੇ ਇਸ ਗੱਲ ਦਾ ਜ਼ਿਕਰ ਤਾਂ ਦਾਸ ਕਰਦਾ ਕਿ ਦਾਸ ਜਦੋਂ ਨਿਊਜ਼ੀਲੈਂਡ ਆਇਆ ਸੀਗਾ ਅਤੇ ਦਾਸ ਨੇ ਜਿਹੜਾ ਕਲਾਸੀਕਲ ਕੀਰਤਨ ਜਦੋਂ ਸ਼ੁਰੂ ਕੀਤਾ ਸੀ ਮਹਾਰਾਜ ਦੀ ਕਿਰਪਾ ਦੇ ਨਾਲ, ਇਸੇ ਅਸਥਾਨ 'ਤੇ ਪਹਿਲਾ ਰਾਗ ਦਰਬਾਰ ਹੋਇਆ ਸੀ। ਜਦੋਂ ਦਾਸ ਨੇ ਜ਼ਿੰਦਗੀ ਵਿੱਚ ਪਹਿਲੀ ਵਾਰੀ ਰਾਗਾਂ ਦੇ ਵਿੱਚ ਉਸ ਹਿਸਾਬ ਨਾਲ ਕੀਰਤਨ ਕੀਤਾ ਸੀ ਅਤੇ ਰਾਗਮਾਲਾ ਦੀ ਸੇਵਾ ਲਈ ਸੀ ਮਹਾਰਾਜ ਜੀ ਦੇ, ਉੱਥੋਂ ਦਾਸ ਨੇ ਕਲਾਸੀਕਲ ਸ਼ੁਰੂ ਕੀਤਾ ਸੀ ਅਤੇ ਅੱਜ ਮਹਾਰਾਜ ਦੀ ਕਿਰਪਾ ਦੇ ਨਾਲ ਚਲੋ ਇਸ ਸਥਾਨ ਨੂੰ 5 ਸਾਲ ਹੋਏ ਨੇ। ਸੋ ਤਾਂ ਦਾਸ ਕਹਿੰਦਾ ਕਿ ਉਹ ਜਿਹੜੀ ਸਾਡੀ ਅਮੀਰ ਵਿਰਾਸਤ ਦੀ ਸ਼ੈਲੀ ਹੈ, ਸਾਢੇ 8 ਤੱਕ ਹਾਜ਼ਰੀ ਸੀ, 5-7 ਮਿੰਟ ਉੱਪਰ ਹੋ ਜਾਣੇ ਨੇ, ਪਰ ਆਓ ਸਾਰੇ ਜੁੜ ਕੇ ਅਸੀਂ ਉਹਨਾਂ ਅਮੀਰ ਵਿਰਾਸਤਾਂ ਨੂੰ ਸੁਣੀਏ ਵੀ ਕਿ ਕਿਵੇਂ ਵੱਖ ਵੱਖ ਤਾਲਾਂ ਦੇ ਵਿੱਚ, ਪਹਿਲਾਂ ਜਿਹੜੀ ਤਾਲ ਹੈ ਉਹ 20 ਮਾਤਰੇ ਦੀ ਤਾਲ ਹੈ, ਉਸ ਤੋਂ ਬਾਅਦ ਫਿਰ ਅਸੀਂ ਉਹਨੂੰ 14 ਮਾਤਰੇ ਵਿੱਚ ਗਾਉਣਾ ਹੈ, ਉਸ ਤੋਂ ਬਾਅਦ ਫਿਰ 20 ਦੇ ਵਿੱਚ ਉਹਨੂੰ ਸੰਭਾਲਣਾ ਹੈ, ਫਿਰ ਦੀਪਕਾਂ ਦੀ ਤਾਲ ਲੱਗਣੀ ਹੈ, ਫਿਰ 4 ਤਾਲ ਲੱਗਣੀ ਹੈ, ਇਸ ਤਰ੍ਹਾਂ ਵੱਖ ਵੱਖ ਤਾਲਾਂ ਦਾ ਸੁਮੇਲ ਹੈ। ਸੋ ਆਓ ਸਾਰੇ ਸਰਵਣ ਕਰੇ। ਇਹ ਜਿਹੜਾ ਰਾਗ ਹੈ ਇਹ ਕੰਨੜਾ, ਇਹ ਜਿਹੜਾ ਗੁਰੂ ਘਰ ਦਾ ਕੰਨੜਾ ਹੈ, ਜ਼ਿਆਦਾਤਰ ਜਿਹੜੇ ਗਾਉਣ ਵਾਲੇ ਨੇ ਚਾਹੇ ਕੀਰਤਨੀਆਂ ਨੇ ਚਾਹੇ ਹੋਰ ਰਾਗੀ ਨੇ, ਵੱਖਰੇ ਜਿਹੜੇ ਰਾਗਾਂ ਨੂੰ ਇਕੱਲੇ ਗਾਉਂਦੇ ਨੇ, ਉਹ ਦਰਬਾਰੀ ਕੰਨੜਾ ਗਾਉਂਦੇ ਨੇ, ਪਰ ਇਹ ਜਿਹੜਾ ਕੰਨੜਾ ਹੈ ਇਹ ਗੁਰੂ ਘਰ ਕੰਨੜਾ ਹੈ, ਸਾਡੀ ਆਪਣੀ ਵਿਰਾਸਤ ਹੈ ਇਹ ਵਾਲਾ ਰਾਗ। ਸੋ ਆਓ ਸਾਰੇ ਸਰਵਣ ਕਰੋ।
ਕਿ ਇੱਕ ਤਾਲ ਚੱਲਣ ਲਈ ਇੱਕ ਲੈ ਚੱਲਣ ਲਈ ਉਸੇ ਲੈ ਦੇ ਵਿੱਚ ਅਸੀਂ ਵੱਖ ਵੱਖ ਮਾਤਰਿਆਂ ਦੇ ਵਿੱਚ ਗਾਉਣਾ ਹੈ, ਉਹਦੇ ਵਿੱਚ ਲੈ ਵੀ ਸੰਭਾਲਣੀ ਹੈ, ਤਾਲ ਵੀ ਸੰਭਾਲਣੀ ਹੈ, ਸੁਰ ਵੀ ਸੰਭਾਲਣਾ ਹੈ ਅਤੇ ਰਾਗ ਵੀ ਸੰਭਾਲਣਾ ਹੈ। ਸੋ ਇਹ ਅਮੀਰ ਵਿਰਾਸਤਾਂ ਜਿਹੜੀਆਂ ਵਿਸਰਦੀਆਂ ਜਾ ਰਹੀਆਂ ਨੇ, ਸਾਨੂੰ ਸਾਰਿਆਂ ਨੂੰ ਲੋੜ ਹੈ ਇਹਨੂੰ ਸਾਂਭਣ ਦੀ। Thank you.
गुरु ग्रंथ साहिब महाराज के धुनिया ने जिमें कि आसक विवाद के टुंडे असराजिक सुनी राग आसा के इस तरह राग कानड़ा के जरा गुरु घर का कानड़ा है वो जी धुनी है वो है जी कानड़े की बात महला चौथा धन धन गुरु रामदास जी महाराज उन्हों की जी वार है यह है कि मूसे की वार की धुनी सो जे सा पुरातन रागी ने साडे पुरातन कीर्तन भाई अवतार सिंह कि उन्होंने जो मुखारमी के विषय सुनी हुई है सो आओ सारे सरवण करिए यह भी एक साड़ी शैली कदे भी हम विसर रही है इन्होंने धुनिया में कोई नहीं गाँव महाराज का हुक्म है कि उस समय धुनिया चल रही धुनिया के महाराज का हुक्म है कि इस बार भी जो गाँव है उस धुनी के गाँव है धुनी कही है जन्म पदार्थ जीतया कदे ना आवे हार तन तन पाई मन का हर रस सौ गोविंद 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 हर रस गोविंद मुनि निधान Thank you.
ਹੁਣੇ ਵੀ ਸਾਡੀਆਂ ਪੁਰਾਤਨ ਵਿਰਾਸਤਾਂ ਨੇ ਤੇ ਸਾਡੇ ਪੁਰਾਣੇ ਜਿਹੜੇ ਰਾਗੀ ਹੈ ਪੁਰਾਣੇ ਕੀਰਤਨ ਹੈ ਗੁਰੂ ਘਰ ਦੇ ਰਬਾਬੀ ਸਿੰਘ ਨੇ ਤੇ ਉਹੀ ਗਾਉਂਦੇ ਹੁੰਦੇ ਸੀ ਤੇ ਉਹਨਾਂ ਤੋਂ ਬਾਅਦ ਕੋਈ ਬਿਰਲਾ ਰਾਗੀ ਇਸ ਵੇਲੇ ਜਿਹੜਾ ਵੀ ਗਾਉਂਦਾ ਹੈ ਉਹ ਸਾਰਿਆਂ ਨੂੰ ਸਾਡੀ ਸੰਗਤ ਅੱਗੇ ਵੀ ਤੇ ਸਾਰੇ ਕੀਰਤਨੀਆਂ ਅੱਗੇ ਵੀ ਇਹ ਬੇਨਤੀ ਹੈ ਕਿ ਇਹਨਾਂ ਚੀਜ਼ਾਂ ਨੂੰ ਸਾਂਭਣਾ ਸਾਡਾ ਹੀ ਫਰਜ਼ ਹੈ ਇਹ ਸਾਡੀ ਉਹ ਵਿਰਾਸਤ ਜਿਹੜੇ ਗੁਰੂ ਘਰ ਦੇ ਵਿੱਚ ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਵੱਖ ਵੱਖ ਤਰ੍ਹਾਂ ਮਿਲੀਆਂ ਜਿਹੜੀਆਂ ਪਗੜੀਆਂ ਪਈਆਂ ਹੁੰਦੀਆਂ ਸੀ ਉਹ ਤਾਂ ਵਿਸੇ ਨਹੀਂ ਗਈਆਂ ਤੇ ਹੁਣ ਉਹ ਗੱਲ ਸਾਡੇ ਵੀ ਕਿੰਨੀ ਵੱਡੀ ਹੈ ਕਿ ਜਦੋਂ ਕਹਿੰਦੇ ਨਾ ਭਾਈ ਨਿਰਮਲ ਸਿੰਘ ਜੀ ਨੇ ਕਿਹਾ ਸੀ ਗੁਲਾਮ ਅਲੀ ਖਾਨ ਸਾਹਿਬ ਦਰਬਾਰ ਸਾਹਿਬ ਆਏ ਹੁਣ ਗੁਲਾਮ ਅਲੀ ਖਾਨ ਸਾਹਿਬ ਪਾਕਿਸਤਾਨ ਦੇ ਗਵੀਏ ਨੇ ਗਜ਼ਲ ਗਾਇਕ ਨੇ ਉਹ ਬਹੁਤ ਹੀ ਸੁਰੀਲੇ ਗਾਇਕ ਨੇ ਉਹਨਾਂ ਦੇ ਅੱਗੇ ਜਿਹੜੇ ਉਸਤਾਦ ਉਹਨਾਂ ਨੂੰ ਕਹਿੰਦੇ ਨੇ ਬੜੇ ਗੁਲਾਮ ਅਲੀ ਖਾਨ ਸਾਹਿਬ ਤੇ ਉਹ ਜਿਹੜੇ ਬੜੇ ਗੁਲਾਮ ਅਲੀ ਖਾਨ ਸਾਹਿਬ ਨੇ ਜਾਂ ਹੋਰ ਜਿਹੜੇ ਉਸ ਸਮੇਂ ਦੇ ਵੱਡੇ ਗਵੀਏ ਨੇ ਉਹ ਦਰਬਾਰ ਸਾਹਿਬ ਆਉਂਦੇ ਸੀ ਸੁਣਨ ਤੇ ਇਹ ਕਹਿੰਦੇ ਹੁੰਦੇ ਸੀ ਕਿ ਜਿਹੜਾ ਸਾਡਾ ਦਰਬਾਰ ਸਾਹਿਬ ਹੈ ਸੱਚਖੰਡ ਹਰਿਮੰਦਰ ਸਾਹਿਬ ਹੈ ਤੇ ਜਿਹੜਾ ਗੁਰੂ ਨਾਨਕ ਦਾ ਘਰ ਹੈ ਸੰਗੀਤ ਦਾ ਸੋਮਾ ਹੁਣ ਇੱਕ ਉਹ ਸਮਾਂ ਸੀ ਤੇ ਉਸੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਵੀ ਗੁਲਾਮ ਅਲੀ ਸਾਹਿਬ ਨੇ ਜਦੋਂ ਕਹਿੰਦੇ ਪਰਿਕਰਮਾ ਕਰਕੇ ਮੱਥਾ ਟੇਕਿਆ ਤੇ ਉਹ ਕਹਿੰਦੇ ਮੈਨੂੰ ਪੁੱਛਣ ਲੱਗ ਪਿਆ ਕਿ ਇਹ ਕੌਣ ਜਾ ਰਿਹਾ ਕਹਿੰਦੇ ਮੇਰੇ ਕੰਨ ਬੇਸੁਰੇ ਹੋ ਗਏ ਕਹਿੰਦੇ ਮੇਰੇ ਕੰਨ ਹੀ ਬੇਸੁਰੇ ਹੋ ਗਏ ਹੁਣ ਉਸ ਸਮੇਂ ਦਾ ਫਰਕ ਦੇਖੋ ਕਿ ਉਸ ਸਮੇਂ ਦੇ ਵਿੱਚ ਸੁਣਨ ਆਉਂਦੇ ਸਨ ਸਿੱਖਣ ਆਉਂਦੇ ਸਨ ਨਵੀਆਂ ਕੰਪੋਜੀਸ਼ਨ ਰਾਗ ਗਾਉਣੇ ਨਵੇਂ ਤਰੀਕੇ ਨਵੀਆਂ ਤਾਲਾਂ ਨਵੇਂ ਤਰੀਕੇ ਨਵੀਂ ਆਮਦ ਲੈ ਕੇ ਜਾਂਦੇ ਸਨ ਅਤੇ ਇੱਕ ਉਹ ਸਮਾਂ ਫਿਰ ਆਇਆ ਜਦੋਂ ਉਹ ਕਹਿੰਦੇ ਮੇਰੇ ਕੰਨ ਬੇਸੁਰੇ ਹੋ ਗਏ ਅਤੇ ਕੌਣ ਲੱਗਾ ਹੈ ਸੋ ਇਹ ਰਾਗੀਆਂ ਨੂੰ ਵੀ ਸੰਗਤ ਨੂੰ ਵੀ ਬੇਨਤੀ ਹੈ ਕਿ ਇਹ ਚੀਜ਼ਾਂ ਅਸੀਂ ਸਾਂਭਣੀਆਂ ਨੇ ਤਾਂ ਜੋ ਜਿਹੜੀ ਸਾਡੀ ਉਹ ਕਮਜ਼ੋਰੀ ਹੈ ਅਸੀਂ ਕਿਤੇ ਨਾ ਕਿਤੇ ਫਿਰ ਵਾਪਸ ਲੈ ਕੇ ਆ ਸਕੀਏ ਅਤੇ ਆਪ ਜੀ ਵੀ ਅਰਦਾਸ ਕਰਿਓ ਕਿ ਮਹਾਰਾਜ ਸਾਡੇ ਤੋਂ ਸੇਵਾ ਲੈਣ ਅਤੇ ਇਹ ਗੁਣ ਬਹੁਤ ਬਖਸ਼ਣ ਇਹ ਜਿਹੜਾ ਅਸੀਂ ਗਾਇਆ ਇਹ ਜਿਹੜਾ ਪੁਰਾਤਨ ਜਿਹੜਾ ਸਾਡਾ ਤਰੀਕਾ ਸੀ ਉਹਦੇ ਹਿਸਾਬ ਨਾਲ ਇਹ ਕੁਛ ਮਾਤਰ ਵੀ ਨਹੀਂ ਹੈ ਇਹ ਸਿਰਫ ਸਾਡੀ ਨਿੱਕੀ ਜਿਹੀ ਕੋਸ਼ਿਸ਼ ਹੈ ਕਿ ਉਹਨਾਂ ਚੀਜ਼ਾਂ ਨੂੰ ਜੀਵੇ ਕਰਨ ਦੀ ਹੌਲੀ ਹੌਲੀ ਸੰਗਤ ਅਸੀਸ ਬਖਸ਼ੋ ਆਪ ਸਾਰੇ ਅਰਦਾਸ ਕਰਿਓ ਕਿ ਇਹ ਜਿਹੜੀਆਂ ਪੁਰਾਤਨ ਵਿਰਾਸਤਾਂ ਆ ਇਹ ਮਹਾਰਾਜ ਕਿਤੇ ਸਾਡੀ ਝੋਲੀ ਦੇ ਵਿੱਚ ਉਹ ਗੁਣ ਪਾਉਣ ਅਤੇ ਅਸੀਂ ਇਸੇ ਤਰ੍ਹਾਂ ਸੰਗਤ ਨੂੰ ਸੁਣਾ ਸਕੀਏ ਸੰਗਤ ਦੀਆਂ ਅਸੀਸਾਂ ਲੈ ਸਕੀਏ ਅਤੇ ਇਹ ਮਹਾਰਾਜ ਦੀਆਂ ਵਿਰਾਸਤਾਂ ਨੂੰ ਸਾਂਭਦੇ ਸਾਂਭਦੇ ਜਿਹੜੇ ਅਸੀਂ ਗੁਰੂ ਸਾਹਿਬ ਦੀਆਂ ਅਸੀਸਾਂ ਵੀ ਲੈ ਸਕੀਏ ਸੋ ਸਾਰੀ ਸੰਗਤ ਨੂੰ ਇੱਕ ਵਾਰੀ ਫਿਰ ਲੱਖ ਲੱਖ ਮੁਬਾਰਕਾਂ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ ਇਸ ਅਸਥਾਨ ਨੂੰ ਜਿਹੜੇ ਬਣੇ ਅੱਜ 5 ਸਾਲ ਹੋਇਆ ਅੱਗੇ ਵੀ ਰਹਿੰਦੇ ਸਮੇਂ ਤੱਕ ਇਸੇ ਤਰ੍ਹਾਂ ਮਹਾਰਾਜ ਉੱਥੇ ਨਾਮ ਪਾਣੀ ਦੇ ਪਹਿਰੇ ਲਾਉਂਦੇ ਰਹਿਣ ਸੰਗਤਾਂ ਜੁੜਦੀਆਂ ਰਹਿਣ ਸੰਗਤਾਂ ਦੇ ਨਾਲ ਹੀ ਰੌਣਕਾਂ ਨੇ ਆਓ ਹੁਣ ਸਾਰੇ ਇੱਥੇ ਸਮਾਪਤੀ ਹੈ ਸਾਰੇ ਆਨੰਦ ਸਾਹਿਬ ਨਾਲ ਜੁੜਨਾ ਪੈਣਾ Thank you.
बस यही आप सब संतान के चरणों की बेनती है कि असि सारे सारे चढ़ती कला की अरदास करनी है ते नाल साड़ी भी अरदास करो कि महाराज साढ़े तो इसे तरह कीर्तन की सेवा लेंदे रहन कि महाराज सानू राजा वाला गुण बख्श देन कि अमीर विरासत के जेडे अंग ने गुरु साहब बख्श देन कि असं इतना ही संगत की सेवा करते रहिए सो हुई बेअंत भुलाई खेमा जी आओ सारे गज करके निशानी पाइए वाहिगुरु जी का खालसा वाहिगुरु जी की फतेह।